ਉਹ ਅਲੱਗ ਪਰੇਸ਼ਾਨ ਨੇ ਜਿਹਨਾਂ ਨੂੰ ਆਹ ਅਗਨੀਵੀਰ ਉਹਨਾਂ ਨੂੰ ਮਤਲਬ ਲੋਲੀਪੋਪ ਅਗਨੀਵੀਰ ਦਾ ਫੜਾ ਕੇ, ਅਤੇ ਫੌਜੀ ਜਿਹੜੇ ਉਹ ਅਲੱਗ ਦੁਖੀ ਨੇ, ਅਤੇ ਨੌਜਵਾਨ ਜਿਹੜੇ ਆ ਉਹ ਅਲੱਗ ਦੁਖੀ ਨੇ ਕਿ ਉਹਨਾਂ ਨੂੰ ਨੌਕਰੀਆਂ ਤੱਕ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਉਹ ਮਿਲੀਆਂ ਜੀ। ਪਤਾ ਵੀ ਕਰ ਸਕਦੇ ਨੇ ਮੇਰੇ ਵੋਟਰ ਸਪੋਟਰ, ਅਤੇ ਉਹ ਕੰਮ ਕੀਤੇ ਨੇ ਜਿਹੜੇ ਪਿਛਲੇ 75 ਸਾਲ ਦੇ ਵਿੱਚ ਨਹੀਂ ਹੋਏ। ਚੁਣਾਵੀ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਅਤੇ ਇਸੇ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬਿਆਲ ਜੀ ਪਿੰਡ ਕਗਵਾਲ ਪਹੁੰਚੇ ਨੇ, ਗੱਲਬਾਤ ਕਰਦੇ ਨੇ। ਡਾਕਟਰ ਸਾਹਿਬ, ਕਿਸ ਤਰ੍ਹਾਂ ਦਾ ਦੌਰਾ ਤੂਫਾਨੀ ਤੁਹਾਡਾ ਚੱਲ ਰਿਹਾ ਹਲਕੇ ਦੇ ਵਿੱਚ, ਲੋਕਾਂ ਤੋਂ ਰਿਸਪੌਂਸ ਕਿਸ ਤਰ੍ਹਾਂ ਦਾ ਮਿਲ ਰਿਹਾ? ਲੋਕਾਂ ਦੇ ਵਿੱਚ ਸਰਕਾਰ ਦੇ 2 ਸਾਲ ਦੇ ਕੰਮਾਂ ਦੇ ਪ੍ਰਤੀ ਬਹੁਤ ਉਤਸ਼ਾਹ ਹੈ। ਖਾਸ ਤੌਰ 'ਤੇ ਸਰਕਾਰ ਵੱਲੋਂ ਜੋ ਲੋਕਾਂ ਨੂੰ ਮਹਿੰਗਾਈ ਤੋਂ ਬਹੁਤ ਵੱਡੀ ਜਿਹੜੀ ਰਾਹਤ ਦਿੱਤੀ ਗਈ ਹੈ, 5 ਤੋਂ ਲੈ ਕੇ 15,000 ਤੱਕ ਲੋਕ ਆਪਣੇ ਮੂੰਹੋਂ ਕਹਿ ਰਹੇ ਕਿ ਸਾਡੇ ਬਿੱਲ ਆਉਂਦੇ ਸੀ, ਜੋ ਇਸ ਮਹਿੰਗਾਈ ਦੇ ਯੁੱਗ 'ਚ ਰਾਹਤ ਦਿੱਤੀ ਹੈ, ਬਿੱਲ ਜਿਹੜਾ 0 ਕੀਤਾ, ਉਸ ਨੂੰ ਲੈ ਕੇ ਲੋਕ ਬੇਹੱਦ ਖੁਸ਼ ਨੇ। ਔਰ ਦੂਸਰਾ ਜੋ ਰੁਜ਼ਗਾਰ ਦੀ ਗੱਲ, ਜਦੋਂ ਬੇਰੁਜ਼ਗਾਰੀ ਪੂਰੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਹੈ, 20 ਕਰੋੜ ਨੌਕਰੀਆਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ BJP ਵੱਲੋਂ ਮਿਲਣੀਆਂ ਸੀ ਪਰ ਨਹੀਂ ਮਿਲੀਆਂ, ਉਹਨਾਂ ਹਾਲਾਤਾਂ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਮਹਿਜ 2 ਸਾਲ ਦੇ ਵਿੱਚ 43,000 ਨੌਕਰੀਆਂ ਜਿਹੜੀਆਂ ਦਿੱਤੀਆਂ, ਔਰ ਉਹ ਵੀ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ, ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਮਾਨ ਸਾਹਿਬ ਦੇ ਪ੍ਰਤੀ ਲੋਕ ਬਹੁਤ ਖੁਸ਼ ਨੇ, ਬਹੁਤ ਉਤਸ਼ਾਹ ਹੈ। ਔਰ ਸਿਹਤ ਸੇਵਾਵਾਂ ਜੋ ਬਿਹਤਰ ਕੀਤੀਆਂ, ਪੜ੍ਹਾਈ, ਐਜੂਕੇਸ਼ਨ, ਹਰ ਇੱਕ ਦੇ ਲਈ ਲੋਕ ਜਿਹੜੇ ਸਰਕਾਰ ਦੇ ਧੰਨਵਾਦੀ ਨੇ, ਔਰ ਇਹਨਾਂ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਅਤੇ ਲੋਕ ਪੂਰੇ ਡਿਟਰਮਿਨਡ ਨੇ, ਡਿਸਾਈਡਡ ਨੇ। ਲੋਕਾਂ ਨੇ ਫੈਸਲਾ ਕੀਤਾ ਹੋਇਆ ਕਿ ਇਸ ਵਾਰ ਵੀ 13-0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਭਾਰੀ ਜਿੱਤ ਦੇ ਵੱਲ ਵੱਧ ਰਹੀ ਹੈ। ਡਾਕਟਰ ਸਾਹਿਬ, ਕੰਢੀ ਇਲਾਕੇ ਦੇ ਵਿੱਚ ਤੁਸੀਂ ਦੌਰਾ ਕਰਦੇ ਹੋ, ਕੰਢੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਦੂਜੇ ਇਲਾਕਿਆਂ ਨਾਲੋਂ ਥੋੜ੍ਹੀਆਂ ਵੱਖਰੀਆਂ ਹੁੰਦੀਆਂ, ਕਿਹੜੀ ਕਿਹੜੀ ਕੋਈ ਮੁੱਖ ਸਮੱਸਿਆ ਜਿਹੜੀ ਹੈ ਤੁਹਾਡੇ ਵੱਲੋਂ ਲੋਕ ਕੰਢੀ ਇਲਾਕੇ ਦੇ ਜਿਹੜੇ ਦੱਸ ਰਹੇ? ਕੰਢੀ 'ਚ ਲੋਕ ਦੇਖੋ ਬਹੁਤ ਗਰੀਬੀ ਹਜੇ ਵੀ ਹੈ, ਔਰ ਕੰਢੀ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਲੋਕਾਂ ਦੇ ਜਿਹੜੀਆਂ ਘਰਾਂ ਦੀਆਂ ਛੱਤਾਂ ਕੱਚੀਆਂ ਨੇ ਅਤੇ ਬਾਲਿਆਂ ਵਾਲੀਆਂ ਛੱਤਾਂ ਨੇ, ਇਸ ਤੋਂ ਇਲਾਵਾ ਜ਼ਮੀਨਾਂ ਥੋੜ੍ਹੀਆਂ ਨੇ, ਔਰ ਜੰਗਲੀ ਜਾਨਵਰ ਜਿਹੜੇ ਆ ਫਸਲਾਂ ਨੂੰ ਖਰਾਬ ਕਰਦੇ ਆ, ਇਹ ਬੜੀ ਵੱਡੀ ਪ੍ਰੋਬਲਮ। ਔਰ ਤੀਸਰੀ ਸਭ ਤੋਂ ਵੱਡੀ ਪ੍ਰੋਬਲਮ ਹੈ, ਕੋਈ ਵੱਡਾ ਹੋਸਪਿਟਲ ਜਿਹੜਾ ਹੈ, ਕੋਈ ਟਰਸ਼ਰੀ ਹੈਲਥ ਕੇਅਰ ਵਾਲਾ ਹੋਸਪਿਟਲ ਜਿਹੜਾ ਹੈ ਉਹ ਇੱਥੇ ਨਹੀਂ ਆ। ਜਿਵੇਂ ਕਿ ਲੋਕ ਦੱਸੇ ਰਹੇ, ਸਾਰਾ ਪਤਾ ਵੀ ਹੈ ਸਾਰਿਆਂ ਨੂੰ ਕਿ ਇੱਥੇ ਪਹਿਲਾਂ ਏਮਜ਼ ਹੋਸਪਿਟਲ ਜਿਹੜਾ ਉਹ ਆਇਆ ਸੀ ਅਤੇ ਉਹ ਪਿਛਲੇ BJP ਦੀ ਸਰਕਾਰ ਦੇ ਵਿੱਚ ਮਿਲੀ ਭੁਗਤ ਕਰਕੇ ਉਹਨੂੰ ਬਠਿੰਡੇ 'ਚ ਤਬਦੀਲ ਕਰਤਾ ਗਿਆ। ਸੋ ਇਹ ਬਹੁਤ ਮੇਨ ਸਮੱਸਿਆਵਾਂ ਜਿਹੜੀਆਂ ਰੁਜ਼ਗਾਰ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ। ਸੋ ਰੁਜ਼ਗਾਰ ਦੇ ਮੌਕਿਆਂ ਦੇ ਲਈ ਲੋਕ ਇੰਡਸਟਰੀ ਚਾਹੁੰਦੇ ਆ, ਸੋ ਆ ਸਾਰੇ ਮਸਲੇ ਜਿਹੜੇ ਆ ਕੰਢੀ ਦੇ ਅਸੀਂ ਮਸਲੇ ਹੱਲ ਕਰਾਂਗੇ। ਡਾਕਟਰ ਸਾਹਿਬ, 2 ਵਾਰ ਸਾਂਸਦ BJP ਦੇ ਰਹੇ ਆ ਹੁਸ਼ਿਆਰਪੁਰ ਤੋਂ, ਉਹਨਾਂ ਦੇ ਕੰਮਾਂ ਕਾਰਨ ਤੁਸੀਂ ਪਿਛਲੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਨਾ ਤਾਂ ਉਹਨੇ ਕੰਮ ਕੀਤੇ ਅਤੇ ਨਾ ਆਪਣੀ ਕਾਰ ਦੀ ਵਰਤੋਂ ਕੀਤੀ ਜਿਹੜੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਸਕਣ। ਸੋ ਲੋਕ ਮਾਯੂਸ ਨੇ ਵੀ ਨਾ ਸੋਮ ਜੀ ਦਾ ਪ੍ਰਕਾਸ਼ ਕਹਿੰਦੇ ਨਜ਼ਰ ਨਹੀਂ ਕਿਤੇ ਆਇਆ। ਸੋ ਲੋਕ ਇਸ ਗੱਲ ਨੂੰ ਲੈ ਕੇ ਬੜੇ ਮਾਯੂਸ ਨੇ ਕਿ 10 ਸਾਲ ਮੰਤਰੀ ਵੀ ਰਹੇ, MP ਵੀ ਬਣਾਏ, ਪਰ ਅਫਸੋਸ ਕਿ ਉਸਦੇ ਬਾਵਜੂਦ ਜਿਹੜਾ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਕੋਈ ਵੀ ਕੰਮ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਿਆ, ਔਰ ਉਲਟਾ ਲੋਕ ਮਹਿੰਗਾਈ ਤੋਂ ਪਰੇਸ਼ਾਨ ਨੇ, ਪੀੜਿਤ ਨੇ, ਬੇਰੁਜ਼ਗਾਰੀ ਤੋਂ ਪੀੜਿਤ ਨੇ, ਔਰ ਕਿਸਾਨ ਜਿਹੜੇ ਆ ਪੰਜਾਬ ਦੇ ਉਹ ਅਲੱਗ ਪਰੇਸ਼ਾਨ ਨੇ, ਫੌਜੀ ਜਿਹੜੇ ਆ ਉਹ ਅਲੱਗ ਪਰੇਸ਼ਾਨ ਨੇ ਜਿਹਨਾਂ ਨੂੰ ਆ ਅਗਨੀਵੀਰ ਉਹਨਾਂ ਨੂੰ ਮਤਲਬ ਲੋਲੀਪੋਪ ਅਗਨੀਵੀਰ ਦਾ ਫੜਾ ਕੇ, ਅਤੇ ਫੌਜੀ ਜਿਹੜੇ ਉਹ ਅਲੱਗ ਦੁਖੀ ਨੇ, ਅਤੇ ਨੌਜਵਾਨ ਜਿਹੜੇ ਆ ਉਹ ਅਲੱਗ ਦੁਖੀ ਨੇ ਕਿ ਉਹਨਾਂ ਨੂੰ ਨੌਕਰੀਆਂ ਤੱਕ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਉਹ ਮਿਲੀਆਂ ਜੀ। ਡਾਕਟਰ ਸਾਹਿਬ, ਤੁਸੀਂ ਇੱਕ ਚਰਚਿਤ ਨਾਮੀ ਚਿਹਰਾ ਸੀਗਾ ਯੁਵਾ ਨੇਤਾ ਦੇ ਤੌਰ 'ਤੇ, ਤੁਹਾਨੂੰ ਕਾਂਗਰਸ ਪਾਰਟੀ ਵਿੱਚ ਇੱਕ ਜਾਣਿਆ ਜਾਂਦਾ ਸੀਗਾ, ਇੱਕ ਕਾਫੀ ਚਰਚਿਤ ਸੀ ਕਾਂਗਰਸ ਪਾਰਟੀ ਵਿੱਚ,
ਕੀ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਆਮ ਆਦਮੀ ਪਾਰਟੀ 'ਚ ਸਡਨਲੀ ਜੁਆਇਨ ਕੀਤਾ, ਜਿਹੜੇ ਤੁਹਾਡੇ ਕਾਰਜਕਰਤਾ ਜਾਂ ਤੁਹਾਡੇ ਸਪੋਰਟਰ ਸੀਗੇ ਕਾਂਗਰਸ ਦੇ, ਕੀ ਤੁਹਾਡਾ ਸਪੋਰਟ ਇਸ ਵਾਰ ਉਹ ਕਰਨਗੇ ਲੱਗਦਾ? ਮੇਰੇ ਕਾਂਗਰਸ ਦੇ ਜਿੰਨੇ ਵੀ ਪਹਿਲੇ ਪਿਛਲੀ ਪਾਰਟੀ ਦੇ ਕਾਰਜਕਰਤਾ ਸੀਗੇ, ਉਹਨਾਂ ਦਾ ਜਦੋਂ ਮੈਂ ਨਵੀਂ ਪਾਰਟੀ 'ਚ ਜੁਆਇਨ ਕੀਤਾ, ਆਮ ਆਦਮੀ ਨਵੇਂ ਪਰਿਵਾਰ 'ਚ ਜੁਆਇਨ ਕੀਤਾ, ਅਤੇ ਉਹ ਲਗਭਗ ਸਾਡੇ ਨਾਲ ਹੀ ਆ ਗਏ ਅਤੇ ਕਾਫੀ ਕਾਂਗਰਸ ਜਿਹੜੀ ਆ ਜਦੋਂ ਪਹਿਲੇ 2022 ਦੇ ਚੁਣਾਵ ਸੀ ਉਦੋਂ ਸ਼ਿਫਟ ਹੋ ਚੁੱਕੀ ਸੀ, ਅਤੇ ਰਹਿੰਦੀ ਖੁੰਦੀ ਜਿਹੜੀ ਉਹ ਅਸੀਂ ਹੁਣ ਸ਼ਿਫਟ ਕਰ ਲੈਣੀ ਹੈ। ਸੋ ਇਸੇ ਤਰ੍ਹਾਂ ਲੋਕ ਅਕਾਲੀ ਦਲ ਤੋਂ ਵੀ ਨਾਰਾਜ਼ ਨੇ, ਅਕਾਲੀ ਦਲ ਵੀ ਜਿਹੜਾ ਉਹ ਭਾਰੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਮਰਜ ਕਰ ਰਿਹਾ, ਅਤੇ BJP ਵੀ ਜਿਹੜੇ ਜਿਹਦਾ ਬਹੁਤ ਜੋਸ਼ ਮੰਨਿਆ ਜਾਂਦਾ ਸੀ ਕੰਢੀ ਦੇ ਵਿੱਚ, BJP ਦੇ ਵੀ ਲੋਕ ਜਿਹੜੇ ਵਰਕਰ ਨੇ ਉਹ ਮਾਯੂਸ ਨੇ। ਸੋ ਔਨ ਦਾ ਹੋਲ ਜਿਹੜਾ ਜੋ ਸਭ ਤੋਂ ਵੱਡਾ ਲਾਭ ਹੈ, ਜੇ 90% ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਹੈ ਅਤੇ ਵੋਟਾਂ ਵੀ 90% ਜਿਹੜੀਆਂ ਉਹ ਪੈਣਗੀਆਂ। ਡਾਕਟਰ ਸਾਹਿਬ, ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਦੇ, ਉਹਨਾਂ ਦੇ ਕੰਮਕਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹਲਕਾ ਦਸੂਹਾ ਦੇ ਵਿੱਚ? ਘੁੰਮਣ ਜੀ ਸਾਡੇ ਨੌਜਵਾਨ ਵਿਧਾਇਕ ਨੇ ਔਰ ਉਹਨਾਂ ਨੇ 2 ਸਾਲ ਦੇ ਵਿੱਚ ਆਪਣੇ ਕੰਮਾਂ ਦੀ ਛਾਪ ਛੱਡੀ ਹੈ ਔਰ ਲੋਕ ਬੇਹੱਦ ਖੁਸ਼ ਨੇ, ਪ੍ਰਭਾਵਿਤ ਨੇ। ਸੋ 2 ਸਾਲ ਦੇ ਵਿੱਚ ਮੈਂ ਸਮਝਦਾ ਕਿ ਲੋਕ ਵਿਧਾਇਕ ਤੋਂ ਇੰਨੇ ਖੁਸ਼ ਹੋਣ ਜਾਂ ਸਰਕਾਰ ਤੋਂ ਇੰਨੇ ਸੰਤੁਸ਼ਟ ਹੋਣ, ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਪ੍ਰਾਪਤੀ। ਡਾਕਟਰ ਸਾਹਿਬ ਨੇ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਵੋਟਰਸ ਨਾਲ ਤੁਸੀਂ ਸਾਡੇ ਮਾਧਿਅਮ? ਮੈਂ ਵੋਟਰ ਸਪੋਰਟਰਸ ਨੂੰ ਆਪਣੇ ਇਹੀ ਕਹਿਣਾ ਚਾਹੁੰਦਾ ਕਿ ਪਹਿਲਾਂ ਬਹੁਤ ਮੌਕੇ ਦੂਜਿਆਂ ਨੂੰ ਦੇ ਕੇ ਦੇਖ ਲੈ ਅਤੇ ਇਸ ਵਾਰ ਮੌਕਾ ਜਿਹੜਾ, ਕਿਉਂਕਿ ਮੈਂ ਜੇ ਪਿਛਲਾ ਟਰੈਕ ਰਿਕਾਰਡ ਆ, ਮੈਂ ਚੱਬੇਵਾਲ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਨੇ, ਪਤਾ ਵੀ ਕਰ ਸਕਦੇ ਨੇ ਮੇਰੇ ਵੋਟਰ ਸਪੋਰਟਰ, ਅਤੇ ਉਹ ਕੰਮ ਕੀਤੇ ਨੇ ਜਿਹੜੇ ਪਿਛਲੇ 75 ਸਾਲ ਦੇ ਵਿੱਚ ਨਹੀਂ ਹੋਏ, ਅਤੇ ਮੈਂ ਤਾਂ ਸੇਵਾ ਕਰਨ ਦੀ ਭਾਵਨਾ ਦੇ ਨਾਲ ਰਾਜਨੀਤੀ ਦੇ ਵਿੱਚ ਆਇਆ ਅਤੇ ਲੋਕ ਸਭਾ ਦਾ ਚੁਣਾਵ ਜਿਹੜਾ ਲੜ ਰਿਹਾ, ਅਤੇ ਮੈਂ ਉਹਨਾਂ ਨੂੰ ਇਹ ਪ੍ਰੋਮਿਸ ਕਰਦਾ ਵੀ ਜਿਹੜੇ ਉਹਨਾਂ ਦੀ ਪਰਸੈਪਸ਼ਨ ਹੈ MP ਬਾਰੇ ਕਿ MP ਬਣਦੇ ਨਹੀਂ, ਉਹ ਵੀ ਬਦਲਾਂਗੇ, ਲੋਕਾਂ ਦੇ ਵਿੱਚ ਰਵਾਂਗੇ ਔਰ ਉਹਨਾਂ ਦੇ ਕੰਮ ਜਿਹੜੇ ਆ, ਵਿਕਾਸ ਦੇ ਕੰਮ ਜਿਹੜੇ ਆ, ਉਹ ਵੀ ਪਹਿਲ ਦੇ ਤੌਰ 'ਤੇ ਕਰਾਂਗੇ ਔਰ ਜਿਹੜੇ ਕੰਮ ਖਾਸ ਤੌਰ 'ਤੇ ਕਰਨ ਵਾਲੇ ਆ, ਸਭ ਤੋਂ ਪਹਿਲਾਂ ਕੰਮ ਕਿ ਮੈਡੀਕਲ ਕਾਲਜ ਹੋਸਪਿਟਲ ਉਹ ਇੱਥੇ ਵੀ ਬਣਾਵਾਂਗੇ, ਅਤੇ ਹੋਸਪਿਟਲ ਲੋਕ ਸਭਾ ਦੇ ਵਿੱਚ ਵੀ ਮੈਡੀਕਲ ਕਾਲਜ ਜਿਹੜਾ ਉਹ ਬਣਾਵਾਂਗੇ, ਸ਼ੁਰੂ ਕਰਾਂਗੇ, ਕੈਂਸਰ ਹੋਸਪਿਟਲ ਵੀ ਸ਼ੁਰੂ ਕਰਾਂਗੇ ਔਰ PGA ਵਰਗਾ ਸੈਟੇਲਾਈਟ ਸੈਂਟਰ ਜਿਹੜਾ ਉਹ ਖਾਸ ਤੌਰ 'ਤੇ ਤਲਵਾੜਾ ਦੇ ਏਰੀਏ 'ਚ ਜ਼ਰੂਰ ਲੈ ਕੇ ਆਵਾਂਗੇ। ਔਰ ਦੂਸਰਾ, ਰੁਜ਼ਗਾਰ ਦੇ ਲਈ ਬਹੁਤ ਵੱਡੀ ਜਿਹੜੀ ਇੰਡਸਟਰੀ ਹੈ, ਕੋਈ ਰੇਲ ਕੋਚ ਫੈਕਟਰੀ ਵਰਗੀ ਇੰਡਸਟਰੀ, ਉਹ ਜਿਹੜਾ ਲੈ ਕੇ ਆਉਣਾ ਸਾਡਾ ਮਿਸ਼ਨ ਰਹੇਗਾ। ਔਰ ਤੀਸਰਾ, ਐਜੂਕੇਸ਼ਨ ਨੂੰ ਹੋਰ ਬਿਹਤਰ ਕਰਨ ਦੇ ਲਈ ਯੂਨੀਵਰਸਿਟੀ ਜਿਹੜੀ ਆ, ਪੰਜਾਬ ਯੂਨੀਵਰਸਿਟੀ ਵਰਗੀ, ਉਹਨੂੰ ਰੀਜਨਲ ਕੈਂਪਸ ਆਲਰੇਡੀ ਸਾਡੇ ਹੈਗਾ, ਉਹਨੂੰ ਅਪਗ੍ਰੇਡ ਕਰਾਂਗੇ ਔਰ ਹੁਸ਼ਿਆਰਪੁਰ ਨੂੰ ਇੱਕ ਟੂਰਿਜ਼ਮ ਹੱਬ ਦੇ ਤੌਰ 'ਤੇ ਬਣਾਵਾਂਗੇ ਤਾਂ ਕਿ ਹੁਸ਼ਿਆਰਪੁਰ ਦੇ ਵਿੱਚ ਕਮਾਈ ਦੇ ਸਾਧਨ ਜਿਹੜੇ ਆ ਉਹ ਵੱਧ ਸਕਣ। ਔਰ ਦੂਸਰਾ, ਫਾਈਨਲੀ ਰੋਡ ਲਿੰਕਸ ਹੋ ਗਿਆ ਜਾਂ ਰੇਲ ਲਿੰਕਸ ਹੋ ਗਿਆ, ਇਹਨਾਂ ਨੂੰ ਆਪਾਂ ਬਿਹਤਰ ਕਰਾਂਗੇ, ਸੈਂਟਰਲੀ ਕਨੈਕਟ ਕਰਾਂਗੇ ਤਾਂ ਕਿ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਬਿਜ਼ਨਸ ਜਿਹੜਾ ਉਹ ਵੱਧ ਤੋਂ ਵੱਧ ਆ ਸਕੇ।